ਪੰਜਾਬ ਸਰਕਾਰ ਨੇ ਇੱਕ ਵੱਡੇ ਫਰਾਡ ਤੋਂ ਪਰਦਾ ਚੁੱਕਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਫੂਡ ਸਪਲਾਈ ਵਿਭਾਗ ਦੇ ਮੰਤਰੀ ਲਾਲਚੰਦ ਕਟਾਰੂਚੱਕ ਨੂੰ ਆਦੇਸ਼ ਦਿੱਤੇ ਹੈ ਕਿ ਜੀਰੀ ਦੀ ਢੱਕਣ ਲਈ ਜੋ ਤਰਪਾਲਾਂ ਕੰਪਨੀ ਨੇ ਸਪਲਾਈ ਕਰਨੀਆਂ ਸੀ ਉਸ ਦੇ ਵਿੱਚ 107 ਕਰੋੜ ਦਾ ਘਪਲਾ ਦੱਸਿਆ ਜਾ ਰਿਹਾ। ਪਤਾ ਲੱਗਿਆ ਕਿ ਇੱਕ IAS ਅਧਿਕਾਰੀ ਨੇ ਆਪਣੇ ਕੁਛ 74 ਕੰਪਨੀਆਂ ਨੂੰ ਟੈਂਡਰ ਦਿੱਤਾ ਸੀ ਜਿਸ ਦੇ ਵਿੱਚ ਵੱਡੇ ਪੱਧਰ 'ਤੇ ਹੇਰਾਫੇਰੀ ਹੋਈ ਹੈ ਅਤੇ ਉਸ ਨੂੰ ਲੈ ਕੇ ਵੱਡਾ ਵਿਵਾਦ ਹੈ ਜਿਹੜਾ ਉਹ ਹੋਇਆ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ ਉਹ ਟੈਂਡਰ ਨੂੰ ਰੱਦ ਕਰ ਦਿੱਤਾ ਹੈ ਅਤੇ ਵਿਜੀਲੈਂਸ ਨੂੰ ਜਾਂਚ ਦੇ ਆਦੇਸ਼ ਹੈ ਅਤੇ ਹੁਣ ਕਈ IAS ਅਧਿਕਾਰੀ ਅਤੇ ਕੰਪਨੀਆਂ ਸਿਕੰਜੇ ਵਿੱਚ ਹੋਣਗੇ। ਸਾਡੇ ਨਾਲ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਨੇ ਮੱਖਣ ਸਿੰਘ, ਉਹਨਾਂ ਤੋਂ ਜਾਣਦੇ ਹਾਂ। ਮੱਖਣ ਸਿੰਘ, ਮੁੱਖ ਮੰਤਰੀ ਦਾ ਵੱਡਾ ਫੈਸਲਾ, ਇੱਕ ਕੰਪਨੀਆਂ ਨੇ ਰਲ ਕੇ ਸਰਕਾਰ ਨੂੰ ਚੂਨਾ ਲਾਇਆ ਤਰਪਾਲਾਂ 'ਚ, ਕੀ ਕਹੋਗੇ? ਉਹਦੇ ਵਿੱਚ ਜਿਹੜਾ ਮੁੱਖ ਮੰਤਰੀ ਨੇ ਫੈਸਲਾ ਲਿਆ ਜੀ, ਬਹੁਤ ਵਧੀਆ। ਅਤੇ ਦੂਸਰੀ ਮੇਰੀ ਬੇਨਤੀ ਇਹ ਹੈ ਵੀ ਜਿਹੜਾ ਇਹ IAS ਹੈ ਨਾ ਜੀ, ਆਨੰਦ ਸਾਗਰ ਸ਼ਰਮਾ, ਡਾਇਰੈਕਟਰ ਫੂਡ ਸਪਲਾਈ ਪੰਜਾਬ, ਇਹਨੂੰ ਪਹਿਲੀ ਗੱਲ ਤਾਂ ਲਾਉਣਾ ਨਹੀਂ ਸੀ, ਪਿਛਲੀਆਂ ਸਰਕਾਰਾਂ ਵੇਲੇ ਦੇ ਲੱਗੇ ਪਏ ਹੈ। ਇਹਨੇ ਮਾਨ ਸਾਹਿਬ ਨੇ ਇਹਦੇ ਨਾਲ ਛੇੜਛਾੜ ਨਹੀਂ ਕੀਤੀ ਸੀ ਵੀ ਚਲੋ ਬੈਠਾ ਸੀਟ 'ਤੇ, ਇਹਦੇ ਪਹਿਲਾਂ ਵੀ ਵਿਜੀਲੈਂਸ ਦਾ ਪਰਚਾ ਦਰਜ ਹੈ। ਜਿਹੜੇ ਨੇ ਤਰਪਾਲਾਂ ਦੇ ਜਿਹੜੇ ਰੇਟ ਘੱਟ ਕਰਕੇ ਲੈਣੇ ਸੀਗੇ ਉਹਦੇ 'ਚ 40% ਹੋਰ ਗਿਰਾਵਟ ਆ ਗਈ, ਇਹਨਾਂ ਨੇ ਵਧਾ ਕੇ ਜਿਹੜਾ ਹੈਗਾ 107 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਅਤੇ ਇਹਨੇ ਵਧੀਆ ਮਤਲਬ ਕੀਤਾ, ਅਸੀਂ ਮਾਨ ਸਾਹਿਬ ਨੂੰ ਓਕੇ ਮਿਲਦੇ ਹਾਂ ਵੀ ਠੀਕ ਹੈ, ਪਰਚਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤਾ, ਤੈਨੂੰ ਅਰੈਸਟ ਕਰੇ। ਪਹਿਲਾ CM ਆ ਜਿਹੜਾ IAS IPS ਅਫਸਰਾਂ ਨੂੰ ਹੱਥ ਪਾਇਆ, ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਮੰਤਰੀ ਮੁੱਖ ਮੰਤਰੀ ਇਹਨਾਂ ਨਾਲ ਰਲੇ ਹੋਏ ਹੈ। ਮੱਖਣ ਸਿੰਘ, ਇੱਕ ਜਲੰਧਰ ਚਿੰਤਪੁਰਨੀ ਹਾਈਵੇ ਜ਼ਮੀਨ ਘਟਾਲੇ ਦੇ ਵਿੱਚ ਵੀ ਆਇਆ ਹੋਇਆ, ਇਹਨੇ ਕਾਕਸ ਬਣਾਇਆ ਹੋਇਆ ਸੀ ਕੁਛ ਕੰਪਨੀਆਂ ਦੇ ਨਾਲ, ਉਹਨਾਂ ਦੇ ਨਾਲ ਰਲ ਕੇ ਇਹ ਤਰਪਾਲਾਂ ਜਿਹੜੀਆਂ ਸਪਲਾਈ ਕਰਦੇ ਸੀ, ਅਤੇ ਹੁਣ ਕੀ ਕਹੋਗੇ? ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਮੁੱਖ ਮੰਤਰੀ ਹੈ ਜਿਹਨੇ 107 ਕਰੋੜ ਦਾ ਘਪਲਾ ਨੰਗਾ ਕੀਤਾ ਅਤੇ ਅਜਿਹੇ ਅਧਿਕਾਰੀਆਂ ਨੂੰ ਸਕੰਜੇ ਵਿੱਚ ਪਾਉਣ ਦੀ ਗੱਲ ਕਹੀ। ਬਿਲਕੁਲ ਜੀ, ਤੁਹਾਡਾ ਇਹ ਸਵਾਲ ਸਹੀ ਹੈ ਵੀ ਇਹ ਨੇ ਪਹਿਲਾਂ ਚਿੰਤਪੁਰਨੀ ਜਿਹੜਾ ਮਾਰਗ ਕੱਢਿਆ ਹਾਈਵੇ, ਉੱਥੇ ਜ਼ਿਮੀਂਦਾਰਾਂ ਤੋਂ ਨਾਲ ਅਕਵਾਇਰ ਕਰਕੇ ਜ਼ਮੀਨ ਅਤੇ ਰੈਵਨਿਊ ਨਾਲ ਰਲ ਕੇ, ਅਤੇ ਇਹਨੇ ਠੱਗੀ ਮਾਰੀ ਸੀਗੀ ਕਈ 100 ਕਰੋੜ ਦੀ, ਦੱਸਦੇ ਆ ਮੇਰੇ ਕੋਲ ਉਹਦੇ ਅੰਕੜੇ ਤਾਂ ਨਹੀਂ ਹੈਗੇ ਵੀ, ਇਹ 'ਤੇ ਪਰਚਾ ਦਰਜ ਹੈਗਾ। ਇਹ ਲਾਉਣਾ ਨਹੀਂ ਸੀ, ਇਹ ਕੈਪਟਨ ਗੌਰਮੈਂਟ ਵੇਲੇ ਦਾ ਲੱਗਿਆ ਹੋਇਆ ਜੀ, ਉਹਨੇ ਬਦਲਿਆ ਨਹੀਂ। ਮਾਨ ਸਾਹਿਬ ਨੇ ਵੀ ਚਲੋ ਬੈਠੇ ਆ, ਉਹ ਪਰੇਸ਼ਾਨ ਨਹੀਂ ਕਰਦਾ ਕਿਸੇ ਨੂੰ, ਇਹ ਉਹਦੇ 'ਚ ਇੱਕ ਮੈਂ ਬਹੁਤ ਵਧੀਆ ਲਿਆਕਤ ਸਮਝਦਾ। ਪਰ ਜਿਹੜਾ ਹੁਣ ਉਹਨੇ ਸਟੈਂਡ ਲਿਆ 107 ਕਰੋੜ ਦਾ, ਇਹਨੂੰ ਫੜ ਕੇ ਅਰੈਸਟ ਕੀਤਾ ਜਾਵੇ, ਅਸੀਂ ਇਹੀ ਬੇਨਤੀ ਕਰਦੇ ਹਾਂ। ਅਤੇ ਜਿਹੜਾ ਹੈਗਾ ਪਬਲਿਕ 'ਚ ਵੀ ਉਹਦਾ ਕੱਦ ਉੱਚਾ ਹੋਊਗਾ ਵੀ ਹਾਂ ਯਾਰ ਇਹਨੇ ਵਾਕਈ ਭ੍ਰਿਸ਼ਟਾਚਾਰ 'ਤੇ ਕੰਮ ਕਰ ਰਿਹਾ। ਜਦੋਂ ਮਾਮਲਾ ਧਿਆਨ 'ਚ ਆ ਗਿਆ ਅਤੇ ਜਿਹੜਾ ਫੂਡ ਸਪਲਾਈ ਦਾ ਮੰਤਰੀ ਹੈ, ਤੂੰ ਉਹਨੇ ਵਧੀਆ ਕਰਿਆ ਆਦੇਸ਼ ਦਿੱਤੇ ਆ, ਇਹਨੂੰ ਫੜ ਕੇ ਅਰੈਸਟ ਕਰਨਾ। ਅਤੇ ਇੱਕ ਮੈਂ ਇਹਦੇ ਆਪਣੇ ਚੈਨਲ ਦੇ ਜ਼ਰੀਏ ਇਹ ਬੇਨਤੀ ਕਰਦਾ ਵੀ ਜਿਹੜਿਆਂ ਕੋਈ ਵੀ ਹੈ, ਚਾਹੇ ਛੋਟੇ ਤੋਂ ਲੈ ਕੇ ਵੱਡਾ ਅਫਸਰ ਹੈ, ਜੇ ਉਹਦੇ 'ਤੇ PC Act ਦਾ ਪ੍ਰਮੈਂਸ਼ਨ ਆਫ ਕਰਪਸ਼ਨ, ਰਿਸ਼ਵਤ ਦਾ ਪਰਚਾ ਦਰਜ ਹੈ, ਉਹਨੂੰ ਵਧੀਆ ਅਹੁਦੇ 'ਤੇ ਲਾਇਆ ਨਾ ਜਾਵੇ, ਇੱਥੇ ਜਿਹੜੀ ਸਰਕਾਰ ਆ ਉਹਦਾ ਅਕਸ਼ ਖਰਾਬ ਹੋਊਗਾ। ਇੱਕ ਗੱਲ, ਇਹਨੇ ਆਦੇਸ਼ ਦੇ ਤੇ ਕਿ ਫਰਮਾਂ ਦੇ ਟੈਂਡਰ ਹੈ ਜਿਹੜੇ ਉਹ ਰੱਦ ਹੋਣ, ਪਰ ਇਸ ਅਧਿਕਾਰੀ ਦੀ ਮਿਲੀ ਭੁਗਤ ਨਾਲ ਕੰਪਨੀਆਂ ਨੇ ਮੁੱਖ ਮੰਤਰੀ ਦੀ ਚਿੱਠੀ ਤੋਂ ਬਾਅਦ ਵੀ ਸਪਲਾਈ ਹੈ ਜਿਹੜੀ ਲਗਾਤਾਰ ਦੱਬੀ ਰੱਖੀ, ਕਿਉਂਕਿ ਮੋਟਾ ਕਮਿਸ਼ਨ ਬਣਨਾ ਸੀ ਅਤੇ ਕੰਪਨੀਆਂ ਨੂੰ ਮੋਟੇ ਪੈਸੇ ਬਣਨੇ ਸੀ, ਇਸ ਆਦੇਸ਼ ਨੂੰ ਵੀ ਉਹਨਾਂ ਨੇ ਟਿੱਚ ਸਮਝਿਆ? ਹਾਂਜੀ, ਉਹਨਾਂ ਨੇ ਜਾਰੀ ਕੀਤਾ ਸੀ ਇਹਨੂੰ ਲੈਟਰ 75 ਨੰਬਰ, ਜੋ 100 ਅਰਧ ਨੰਬਰ ਹੁੰਦਾ ਇਹਨਾਂ ਦਾ ਪੰਜਾਬ ਸਰਕਾਰ ਦਾ, ਉਹਦੇ ਵਿੱਚ ਜਦੋਂ ਜਾਰੀ ਕਰਤਾ ਸੀ ਤਾਂ ਇਹਨੇ ਹੁਕਮ ਦੀ ਪਾਲਣਾ ਕਰਨੀ ਸੀਗੀ, ਕਿਉਂਕਿ ਇਹਦੇ ਨਾ ਇੱਕ ਸੁਣਨ ਵਿੱਚ ਆਇਆ ਵੀ ਸੀਨੀਅਰ IAS ਅਫਸਰ ਦਾ ਇਹਨੂੰ ਥਾਪੜਾ, ਅਤੇ ਉਹਦੇ ਵਿੱਚ ਇਹਨੂੰ ਜਿਹੜੀ ਹੁਣ ਜਿਹੜੇ ਨੇ ਬਾਅਦ 'ਚ ਸਪਲਾਈ ਕਰਤਾ ਮਾਲ, ਉਹਦੇ ਵਿੱਚ ਇਹਨੂੰ ਮੋਟੀ ਕਮਾਈ ਹੁੰਦੀ ਸੀ। ਮਤਲਬ ਜਦੋਂ ਕੋਈ ਆਪਾਂ ਕਹਿ ਦਈਏ ਨਾ ਹੱਡ ਖਾਣ ਦੀ ਆਦਤ ਪਈ, ਜਦੋਂ ਸਵਾਦ ਆਉਂਦਾ ਉਹਦੇ 'ਚੋਂ,